ਹੈਲੋ ਜੀ, ਗੁੱਡ ਮਾਰਨਿੰਗ ਸਾਰਿਆਂ ਨੂੰ। ਕਿੱਦਾਂ, ਠੀਕ ਠਾਕ ਹੋ ਸਾਰੇ ਜਾਣੇ ਤੁਸੀਂ? ਅਸੀਂ ਵੀ ਠੀਕ ਹਾਂ। ਅੱਜ ਛੁੱਟੀ ਸੀਗੀ ਅਤੇ ਮੈਂ ਮੰਮੀ ਨੂੰ ਕਿਹਾ, ਮੈਂ ਕਿਹਾ ਮੰਮੀ ਪਰੌਂਠੇ ਬਣਾ ਲਓ। ਠੀਕ ਆ, ਪਰੌਂਠੇ ਖਾ ਲਓ, ਆ ਜਾਓ। ਬਸ ਬਣਾ ਲਓ, ਮੈਂ ਖਾ ਲੂੰਗਾ। ਠੀਕ ਆ, ਆ ਇਹਨਾਂ ਨੇ ਆਪਣੇ ਤਾਂ ਦੂਏ ਲਾ ਲਿਆ ਯਾਰ, ਸੁੱਕੇ ਪਰੌਂਠੇ। ਅਤੇ ਭਾਜੀ ਮੈਂ ਉਹਦਾ ਕਿਹਾ ਸੀਗਾ ਬਰੋਕਲੀ ਵਾਲੇ ਬਣਾਓ, ਪਰ ਇਹ ਕਹਿੰਦੇ ਕਿ ਬਈ ਆਲੂ ਵਾਲੇ ਪਏ ਆ। ਮੈਂ ਕਿਹਾ ਚੱਲ ਕੋਈ ਨਾ, ਆਲੂ ਵਾਲੇ ਖਾ ਲੈਂਦੇ ਆ। ਠੀਕ ਹੈ, ਮੈਂ ਨਾਲ ਕੀ ਆ ਖਾਣ ਨੂੰ? ਦਹੀਂ ਲਾ ਲਓ, ਮੱਖਣ ਲਾ ਲਓ। ਫੈਟ ਹੋ ਜਾਣੀ ਉਹਦੇ ਨਾਲ, ਕਦੀ ਕਦੀ ਖਾਣ ਨਾਲ। ਠੀਕ ਆ, ਚਲੋ ਦੇਖਦੇ। ਡੈਡੀ ਗਏ ਆ ਫਿਰ? ਡੈਡੀ ਗਏ ਆ। ਇੱਧਰ ਕੀ ਆ, ਬਾਹਰ ਦੇਖੀਏ। ਅੱਛਾ, ਨਿਆਣੇ ਨੇ ਪਾਇਆ ਪਿਆ ਖਲਾਰਾ। ਧੁੱਪ ਦੀ ਮੌਸਮ ਬਹੁਤ ਵਧੀਆ, ਕਲੀਅਰ ਮੌਸਮ ਆ ਦੇਖੋ ਸਾਰੇ ਜੀ, ਉੱਪਰ ਐਨ ਕਲੀਅਰ। ਅਤੇ ਇਹ ਤੋਂ ਵੱਧ ਨਿਆਣਿਆਂ ਨੂੰ ਲੈ ਕੇ ਜਾਣਾ ਆ ਘੁਮਾਉਣ ਵਾਸਤੇ। ਉਹ ਤਾਂ ਕਹਿ ਗਿਆ, ਮੈਂ ਕਿਹਾ ਦਿਨ ਅੱਜ ਵਧੀਆ ਆ ਅਤੇ ਇਹਨਾਂ ਨੂੰ ਬਾਹਰ ਕਿਤੇ ਪਾਰਕ 'ਚ ਲੈ ਜਾਈਏ। ਨਿਆਣੇ ਕਹਿੰਦੇ ਰੋਜ਼ ਹੀ ਕਹਿੰਦੇ ਪਾਰਕ 'ਚ ਤੁਰੇ ਰਹਿੰਦੇ ਹਾਂ। ਠੀਕ ਆ, ਅਤੇ ਬਾਹਰ ਚੱਲਦੇ ਹਾਂ ਅੱਜ। ਹਾਲੇ ਮੱਛੀਆਂ ਨੂੰ ਫੂਡ ਪਾਇਆ ਸੀਗਾ, ਹਾਲੇ ਲਾਈਟ ਆਉਂਦੀ ਨਹੀਂ ਇੱਥੋਂ ਮੱਛੀਆਂ ਦੀ। ਆਹ ਮੱਛੀਆਂ ਵਿਚਾਰੀਆਂ ਰੋਜ਼ ਹੀ ਨਾ ਮੈਨੂੰ ਦੇਖ ਦੇਖ ਕੇ ਨਾ ਪੂਛ ਲਾਉਂਦੀਆਂ ਰਹਿੰਦੀਆਂ ਕਿ ਜਾਂ ਉਹ ਤਾਂ ਲਾਈਟ ਆਨ ਕਰ। ਹਾਂਜੀ, ਲਾਈਟ ਪੁੱਜ ਗਈ ਫਿਰ। ਅਤੇ ਉੱਥੋਂ ਲਾਭ ਤਾਂ ਲਾਈਟ ਤਾਂ ਨਹੀਂ ਚਲਾ ਕੇ ਰੱਖੀ ਜ਼ਿਆਦਾ, ਕਿਉਂਕਿ ਜੇ ਜ਼ਿਆਦਾ ਲਾਈਟ ਚਲਾ ਕੇ ਰੱਖੋ ਨਾ ਅਤੇ ਉਹ ਹਰਿਆਈ ਜੰਮ ਜਾਂਦੀ ਆ। ਹਾਂਜੀ, ਥੋੜ੍ਹਾ ਉੱਪਰ ਕਰ ਦੇ, ਥੋੜ੍ਹਾ ਥੱਲੇ ਕਰ ਦਿਓ ਹੁਣ। ਆਹ ਦੇਖੋ ਹੁਣ ਜ਼ਿਆਦਾ ਜ਼ਿਆਦਾ, ਕਈ ਵਾਰ ਸਵੇਰ ਨੂੰ ਲਾਈਟ ਜਗਾਈਏ ਨਾ ਅਤੇ ਉਹ ਜ਼ਿਆਦਾ ਹਰਿਆਈ ਜੰਮ ਜਾਂਦੀ ਹੈ ਇੱਥੇ ਅੰਦਰ। ਹਾਲੇ ਨਾਮ ਕੀ ਸੀਗੇ ਇਹਨਾਂ ਦੇ, ਪਹਿਲਾਂ ਕੀ ਰੱਖੇ ਸੀਗੇ? ਬਲੈਕੀ ਆ, ਦੇਖ ਲੋਕ ਕਿੱਦਾਂ ਦੀ ਹੈ। ਜਿਹੜਾ ਗੋਲਡ ਦਾ ਹੈ ਨਾ, ਉਹਦਾ ਨਾਮ ਹੈਗਾ ਗੋਲਡ। ਫਿਰ ਜਿਹੜਾ ਦੂਸਰੀ ਆ, ਜਿਹੜੀ ਚਿੱਟੀ ਜੀ ਆ, ਉਹ ਪਿੱਛੇ ਹੈ ਨਾ, ਉਹਦਾ ਨਾਮ ਹੈਗਾ ਰੋਡੀ। ਰੋਡੀ, ਠੀਕ ਹੈ ਠੀਕ ਹੈ। ਆਪਣੇ ਆਪਣੇ ਨਾਂ ਰੱਖੇ ਆ ਨਿਆਣਿਆਂ ਨੇ। ਚਲੋ ਤੁਹਾਨੂੰ ਉੱਧਰ ਦੇਖੀਏ, ਬਾਬੀ ਕੀ ਕਰਦਾ ਉੱਧਰ। ਬਾਏ ਨਹੀਂ, ਹਾਲੇ ਇੱਥੇ ਹੀ ਆ। ਸੀ ਰਾਜ ਕੀ ਕਰਦੇ ਆ ਤੂੰ? ਬਾਬੀ ਦਾ, ਬਾਬੀ ਗੁੱਟੀ ਕਰਾਉਂਦਾ ਪਿਆ ਮੰਮਾ ਆਪਣੀ ਤੋਂ। ਹੈਲੋ ਗਾਇਸ, ਹਾਂਜੀ ਹੈਲੋ ਫਰੈਂਡਸ। ਅੱਜ ਵਿਰਾਜ ਨੇ ਕਿੱਥੇ ਜਾਣਾ ਤੁਮ ਘੁੰਮੀ? ਫਲਿਪ ਆਊਟ। ਉੱਥੇ ਕੀ ਕਰਨਾ? ਖੇਡਣਾ। ਓਕੇ, ਖਾਣਾ ਵੀ। ਓਕੇ, ਫਿਰ ਬਾਅਦ ਚਲਾਂਗੇ ਬਾਹਰ ਆਪਾਂ, ਬਾਬੀ ਸੋਹਰ ਰੋਡ ਚਲਾਂਗੇ ਆਪਾਂ। ਠੀਕ ਹੈ, ਆਫਟਰਵਰਡ ਦੈਨ ਪਲੇ ਕਰਕੇ ਦੈਨ ਵੀ ਕੈਨ ਗੋ ਠੀਕ ਹੈ। ਚਲੋ ਪਰੌਂਠੇ ਦੇਖੀਏ ਬਣਿਆ ਕਿ ਨਹੀਂ, ਮੇਰੇ ਜੋਗਾ ਬਣਿਆ ਕਿ ਨਹੀਂ, ਫਿਰ ਲੈ ਚੱਲਦਾ ਦੋਨੋਂ ਤੁਹਾਨੂੰ। ਹਾਂਜੀ ਬਈ, ਕੁਛ ਬਣਿਆ ਮੇਰੇ ਜੋਗਾ? ਆਲੂ ਵਾਲਾ ਪਰੌਂਠਾ ਬਣ ਗਿਆ ਅਤੇ ਮੈਂ ਖਾ ਲਵਾਂ। ਚਲੋ ਬਈ ਗਾਇਸ, ਤੁਹਾਨੂੰ ਮੈਂ ਖਾ ਕੇ ਦਿਖਾਉਣਾ ਆਲੂ ਵਾਲੇ ਪਰੌਂਠੇ। ਆਹ ਦੇਖੋ ਜੀ, ਹੁਣ ਗਾਇਸ ਆਹ ਆਲੂ ਵਾਲੇ ਪਰੌਂਠੇ ਖਾਂਦੇ ਆ ਅੱਜ। ਓਕੇ ਨਾ, ਮੈਨੂੰ ਕਰ ਦੇ ਮਾੜਾ ਜਿਹਾ ਬਟਰ, ਵੀ ਥੋੜ੍ਹੀ ਜਿਹੀ ਫੈਟ ਖਾ ਲਈਏ। ਮੈਂ ਕਿਹਾ ਨਾ ਨਾ, ਉਹ ਮੰਮੀ ਤੋਂ ਆ, ਮੰਮੀ ਤੋਂ ਭਾਈ ਦੇ ਦੋ ਮੰਮੀ ਕਰ ਦੇ। ਓਕੇ, ਕਦੀ ਕਦੀ ਫੈਟ ਵੀ ਖਾ ਲੈਣੀ ਚਾਹੀਦੀ ਹੈ ਮੰਮੀ। ਠੀਕ ਆ, ਸੋ ਆ ਲੋ ਜੀ, ਇੰਨਾ ਕੀ ਖਾਣਾ, ਇਸ ਤੋਂ ਵੱਧ ਨਹੀਂ ਖਾਣਾ, ਕਿਉਂਕਿ ਜੇ ਜ਼ਿਆਦਾ ਖਾ ਲਿਆ ਤਾਂ ਫੈਟ ਖੁੱਲ ਜਾਂਦੀ ਹੈ। ਠੀਕ ਆ, ਤੁਸੀਂ ਵੀ ਖਾ ਲਓ ਜਿੰਨੇ ਜਿੰਨੇ ਖਾਣਾ ਹੈ। ਮੈਂ ਵੀ ਖਾ ਲੈਣਾ ਹੁਣੇ, ਡੈਡੀ ਆਏ ਨਹੀਂ ਨਾ ਹਜੇ। ਡੈਡੀ ਗਏ ਆਪਣੇ ਮਾਰਕਟ ਤੋਂ ਗਏ ਆ ਘਰ, ਡੈਡੀ ਦਾ ਸਾਈਕਲ ਪੰਚਰ ਹੋ ਗਿਆ। ਅੱਛਾ, ਡੈਡੀ ਤੁਰ ਕੇ ਆਉਂਦੇ ਆ? ਮੈਨੂੰ ਪਤਾ ਨਹੀਂ, ਹਲੇ ਆਏ ਨਹੀਂ, ਫਿਰ ਮੈਂ ਠਹਿਰ ਕੇ ਆਉਣਾ ਹੈ। ਓਕੇ, ਮੈਂ ਤਾਂ ਕਹਿ ਕੇ, ਮੈਂ ਕਿਹਾ ਬੱਸੇ ਚੱਲ ਜਾਓ, ਉਹਦਾ ਪਾਸ ਹੀ ਬਣ ਗਿਆ। ਮੈਂ ਨਹੀਂ, ਕਹਿੰਦੇ ਨਹੀਂ ਬੱਸੇ ਨਹੀਂ ਜਾਣਾ ਹੈਗਾ, ਮੈਂ ਸਾਈਕਲ ਸਹੀ ਦਿਨ ਨਾਲ ਸ਼ਾਇਰ ਹੋ ਜਾਂਦੀ ਹੈ। ਚਲੋ ਠੀਕ ਆ, ਮੈਂ ਖਾ ਲਵਾਂ, ਮਿਲਦੇ ਹਾਂ ਬਾਅਦ ਚ ਜੀ। ਡੈਡੀ ਆ ਗਿਆ ਅਤੇ ਡੈਡੀ ਦਾ ਹੋ ਗਿਆ ਪੈਂਚਰ। ਠੀਕ ਹੈ, ਅਤੇ ਹੁਣ ਡੈਡੀ ਮੈਨੂੰ ਲੱਗਦਾ, ਡੈਡੀ ਪੈਂਚਰ ਆਉਣ ਲੱਗੇ ਹੁਣ ਸਾਈਕਲ ਨੂੰ। ਅੱਛਾ, ਅੰਦਰ ਤੁਹਾਡਾ ਗੈਰਜ ਬਣਾਇਆ, ਦਿਖਾਵਾਂ ਉਹਦਾ ਖਲਾਰਾ ਬਹੁਤ ਪਿਆ ਆ। ਅਤੇ ਸਰ ਡੈਡੀ ਨੇ ਪਿੱਛੇ ਗੈਰਜ ਬਣਾਇਆ, ਸਮਾਨ ਸਾਰਾ ਪਿਆ ਉੱਦਾਂ, ਜੈਟ ਵਾਸ਼ ਵਗੈਰਾ, ਠੀਕ ਹੈ, ਹੋਰ ਡਰਿੱਲਾਂ, ਜੈਕ ਜੁੱਕ ਸਾਰਾ ਕੁਛ ਰੱਖਿਆ ਇੱਥੇ ਡੈਡੀ ਨੇ। ਅਤੇ ਹੁਣ ਮੈਨੂੰ ਲੱਗਦਾ ਡੈਡੀ ਨੇ ਪੈਂਚਰ ਲਾਉਣਾ, ਚਲੋ ਦੇਖੀ ਕਿੱਦਾਂ ਲਾਉਂਦੇ ਆ ਪੈਂਚਰ। ਇਹ ਕੀ ਆ ਇਹ ਬਈ? ਅੱਛਾ, ਰਿਪੇਅਰ ਕਿਹੜੀ ਕੀ ਰੱਖੀ ਹੈ ਨਾਲ? ਭਾਵੇਂ ਜਿਹੜੀ ਨਾਲ ਰੱਖ ਲਿਆ ਬੰਦਾ, ਇੱਦਾਂ ਦੀ ਦਿਖਾਇਆ ਮੈਨੂੰ ਕੀ ਆ, ਪਰ ਹਵਾ ਵੀ ਚਾਹੀਦੀ ਨਾ। ਅੱਛਾ, ਪੈਂਚਰ ਪੁੰਚਰ ਲਾਉਣ ਨੂੰ, ਆਹੀ ਆ ਪੈਂਚਰ ਰਿਪੇਅਰ ਕਿੱਟ। ਠੀਕ ਆ, ਆਲਰੇਡੀ ਫੜੋ।
ਡੈਡੀ ਨੇ ਸਾਈਕਲ ਪਾ ਲਿਆ ਲੰਮਾ ਤੇ ਹੁਣ ਦੇ ਦੇ ਪਰ ਟਿਊਬ ਤਾਂ ਜਿਹੜੀ ਪਿਛਲੇ ਹਫ਼ਤੇ ਪਾਈ ਹੈ ਨਵੀਂ ਆਪਾਂ ਹੈ ਡੈਡੀ ਉਹ ਟਿਊਬ ਮੇਰਾ ਖਿਆਲ ਵੀ ਟਾਇਰ ਪੈਣਾ ਪੈਣਾ ਟਾਇਰ ਹੋਊਗਾ ਪੰਗਾ ਟਾਇਰ ਦਾ ਟਾਇਰ ਦਾ ਪੰਗਾ ਨਹੀਂ ਮੇਖਾਂ ਮੁੱਖਾਂ ਬਹੁਤ ਇੱਥੇ ਛੱਡਦੇ ਆ ਆਲੇ ਦੁਆਲੇ ਹਾਂਜੀ ਉਹ ਛੱਡਦੇ ਆ ਓਕੇ ਇਹ ਤਾਂ ਇੰਡੀਆ ਵਾਲਿਆਂ ਵਾਂਗੂ ਜਿੱਦਾਂ ਉਹ ਹੁੰਦੀ ਆ ਟਾਇਰ ਖੋਲਣ ਨੂੰ ਹਨਾ ਇਹ ਦੇਖਣਾ ਪੈਣਾ ਕਿ ਬਈ ਟਾਇਰ ਹੈ ਤੇ ਕੀ ਇਹ ਟਾਇਰ ਵੀ ਚੈੱਕ ਕਰਦੇ ਕੋਈ ਟਾਇਰ ਤਾਂ ਨਹੀਂ ਮੇਖ ਲੱਗੀ ਰਹਿੰਦੀ ਕੋਈ ਸਭ ਕੁਝ ਚੈੱਕ ਕਰ ਲਓ ਟਿਊਬ ਬਾਹਰ ਹੋਈ ਹਵਾ ਕਰਨਾ ਬੰਦ ਜਿਹੜੀ ਹਵਾ ਪੰਪ ਨਾ ਟਾਇਰ ਵੀ ਚੈੱਕ ਕਰ ਲਓ ਬੱਚੋ ਕੋਈ ਪਰ ਕੁਛ ਨਾ ਕੁਛ ਲੱਗਦਾ ਤਾਂ ਹੋਊਗਾ ਬੱਚੇ ਦੇ ਜਿਹੜੀ ਯਾਰ ਦੇਖਣਾ ਪੈਣਾ ਇਹਦੇ ਚ ਤਾਂ ਹੈ ਨਹੀਂ ਕੁਛ ਹੈ ਨਹੀਂ ਟਿਊਬ ਦੇਖ ਲਓ ਹਨਾ ਅੱਛਾ ਹੁਣ ਆਵਾ ਭਰਨ ਲੱਗੇ ਉੱਥੇ ਪਹਿਲਾਂ ਆਓ ਕੀ ਪਤਾ ਲੱਗੂ ਕਿ ਨਹੀਂ ਉੱਥੋਂ ਡੂੰਗਾ ਜਦ ਨਹੀਂ ਮੈਂ ਡੋਂਗਾ ਲੈ ਕੇ ਆਉਣਾ ਚਲੋ ਲੱਭਾ ਰੈਡੀ ਲੱਭਿਆ ਕਰਦੇ ਕਰਦੇ ਪੁੱਤ ਕਹੀਦਾ ਹੁੰਦਾ ਚਲੋ ਬਈ ਡੈਡੀ ਹੁਣ ਲੱਭ ਪਿਆ ਹੁਣ ਤੁਸੀਂ ਲਾ ਕੇ ਪੈਂਚਰ ਤੇ ਜਾਣਾ ਸਾਡੇ ਨਾਲ ਕਿ ਤੁਸੀਂ ਬਾਅਦ ਸਾਈਕਲ ਤੇ ਜਾਣਾ ਤੁਸੀਂ ਮੈਂ ਸਾਈਕਲ ਤੇ ਸਾਈਕਲ ਤੇ ਜਾਣਾ ਓਕੇ ਫਿਰ ਆਪਾਂ ਨਿਆਣਿਆਂ ਨੂੰ ਵਾੜੀਆਂ ਖਿਲਾ ਲਿਆ ਜੀ ਇਹ ਨਿਆਣਿਆਂ ਨੂੰ ਬੱਚਿਆਂ ਨੂੰ ਠੀਕ ਹੈ ਚਲੋ ਓਕੇ ਜੀ ਮਿਲਦੇ ਹਾਂ ਨਿਆਣਿਆਂ ਨੂੰ ਘੁਮਾ ਲਏ ਹਾਂਜੀ ਕਿੱਦਾਂ ਆ ਗਏ ਵਾਪਸ ਡੈਡੀ ਤਾਂ ਪੈਂਚਰ ਲਾਉਣ ਲੱਗ ਪਿਆ ਸਾਈਕਲ ਨੂੰ ਕਹਿੰਦੇ ਨਹੀਂ ਜਾਣਾ ਨਾਲ ਤੇ ਅਸੀਂ ਹੁਣ ਨਿਆਣਿਆਂ ਨੂੰ ਅੱਜ ਘੁਮਾਉਣ ਲੈ ਕੇ ਚੱਲੇ ਹਾਂ ਨਾ ਕੀ ਸੀਗਾ ਨਾਂ ਦਾ ਫਲਿੱਪ ਆਊਟ ਕਰਕੇ ਨਾਂ ਆ ਉਹਦਾ ਸੋ ਨਿਆਣਿਆਂ ਨੂੰ ਘੁਮਾ ਲਿਆ ਜੀ ਬਾਬੀ ਨਾਲ ਆ ਮੰਮੀ ਨਾਲ ਆ ਬਾਬੀ ਹੈਲੋ ਹਾਲੀ ਹੈਲੋ ਨਵੀਨ ਨਾਲ ਆ ਸੋ ਚਲੋ ਫਿਰ ਚਲੀਏ ਦੇਖਦੇ ਹਾਂ ਜਾ ਕੇ ਉੱਥੇ ਫਲਿੱਪ ਆਊਟ ਤਾਂ ਪਹੁੰਚ ਗਏ ਹਾਂ ਪਰ ਅੰਦਰ ਜਾ ਕੇ ਦੇਖਣਾ ਪੈਣਾ ਕਿ ਸਾਨੂੰ ਉਹ ਵੀਡੀਓ ਬਣਾਉਣ ਦਿੰਦੇ ਨੇ ਕਿ ਨਹੀਂ ਕਈ ਵਾਰ ਮਨਾਹੀ ਹੁੰਦੀ ਵੀਡੀਓ ਬਣਾਉਣ ਦੀ ਚਲੋ ਦੇਖਦੇ ਹਾਂ ਹਾਲੀਨ ਆ ਯਾਰ ਇੱਥੇ ਆਏ ਹਾਂ ਹਨੇਰਾ ਹਨੇਰਾ ਰਹਿਣਾ ਪਰ ਅੰਦਰ ਬਹੁਤ ਜ਼ਿਆਦਾ ਨਿਆਣਿਆਂ ਦੇ ਖੇਡਣ ਨੂੰ ਆ ਵਧੀਆ ਉਹ ਵੀ ਚੱਲਦਾ ਨਹੀਂ ਮਿਲਦਾ ਨੋ ਸਿਗਨਲ ਹੈ ਇੱਥੇ ਆਉਂਦਾ ਹੋਇਆ ਇਹ ਚੱਲਦੇ ਫ੍ਰੀ ਹੁੰਦੇ ਨਾ ਵੀ ਓਕੇ ਸੋਰੀ ਉੱਧਰ ਹੀ ਆਊਂ ਚਲੋ ਦੇਖਦੇ ਅੰਦਰ ਜਾ ਕੇ ਓਕੇ ਆਹ ਆ ਨਿਆਣੇ ਵਾਸਤੇ jump that again ਕਿੱਧਰ ਗਏ ਦੇਖਣੇ ਪੈਣੇ ਆ ਨਿਆਣੇ ਹਾਲੀਨ Thank you.
Time to go. Bus jump kar rahe hain yaar bichche. Pauline jump. Pauline jump. Kushin jump kar. Darna chalo. 1 2 Bobby jump. 1 2 3 Tu halin ka jump hona. Bobby idhar hi jump kari janda. Dekh unna hada main dekh. Bobby jump orange one. Bobby, to the other person. Guys, come here. Now jump here. Jump here. Over there, over there. Over there. Either I like shorter than Bobby. Tell him to jump. 1 2 3 go. You. Nahi jump nahi aaya. Han. Baby up, baby up, Yana. Tell Bobby Raj. ਆ ਚੜਦਾ ਛੇਤੀ ਛੇਤੀ ਉੱਪਰ ਬਾਵੀ ਚ ਪੁਰਤੀ ਆ ਹੈਲੋ ਹਲਿੰਗ ਰਾਜ ਓਕੇ ਬਾਵੀ ਹਲਿੰਗ ਤੁਸੀਂ ਸਮਾਲ ਜ਼ਿਆਦਾ ਆ ਕਹਿੰਦੇ ਤੁਸੀਂ ਛੋਟੇ ਆ ਇੱਥੇ ਉਹ ਬਾਬੇ ਉਹਦੀ ਗੱਲ ਕਰਦਾ ਹਾਂ ਬਾਬਾ ਵੀ ਜੀ ਕਿਧਰ ਆ ਜਾ ਰਾਜ ਆਹ ਯਾ ਬਸ ਨਿਆਣੇ ਜੰਪ ਜੰਪ ਕਰਨ ਨੂੰ ਬਸ ਇਹਨਾਂ ਨੂੰ ਕਿਹਾ ਹਾਂਜੀ ਹਾਈ ਜੰਪ ਕਰ ਹਾਈ ਜੰਪ ਬਸ ਟੱਪੀ ਜਾਓ ਇਦਾਂ ਹੀ ਬਸ ਇਹਨਾਂ ਨੂੰ ਚਲੋ ਤਾਂ ਦੇਖਦੇ ਹਾਂ ਕੀ ਹੈ ਉਹ ਵੀ ਜੰਪ ਕਰਕੇ ਅੱਗੇ ਤੋਂ ਅੱਗੇ ਜਾਈ ਜਾ ਇਦਾਂ ਹੀ ਨੈਕਸਟ ਵਾਲੇ ਤੇ ਜੰਪ ਕਰਕੇ 1 2 3 ਗੋ ਨੈਕਸਟ ਨੈਕਸਟ ਯੇ ਇਦਾਂ ਹਾਲ ਨੂੰ ਉੱਧਰ ਗਈ ਆ ਕਰੀ ਨਹੀਂ ਹੁੰਦਾ ਤਾਂ ਰਾਜ ਉੱਪਰ ਨਹੀਂ ਜਾਣਾ ਉਹਦੇ ਲਿਖਿਆ ਉੱਪਰ ਉਹਨਾਂ ਨੇ ਨੋ ਕਲਾਈਮਿੰਗ ਕਲਾਈਮਿੰਗ
Yeah. ਹਾਲੀ ਕੁਛ ਹਾਲੀ ਇੱਦਾਂ ਨਹੀਂ ਖੜੀ ਹੋ ਖੜੀ ਹੋ ਖੜੀ ਹੋ ਖੜੀ ਹੋ ਹਾਲੀ ਲੈ ਇੱਧਰ ਕੋਈ ਵੀ ਜਾ ਸਕਦਾ ਉਹ ਦੇਖੀ ਬਾਬੀ ਕਿੱਦਾਂ ਆਉਂਦਾ ਹੁਣ ਦੇਖੀ ਜਰਾ 1 2 3 ਗੋ ਇੱਧਰ ਕਿਹੜਾ ਸੱਟ ਲੱਗਣੀ ਆ ਸੱਟ ਥੋੜ੍ਹੀ ਲੱਗਣੀ ਆ ਡਰਦੀ ਆ ਹਾਲੀ ਬਾਬੀ ਤੂੰ ਜੰਪ ਮਾਰ ਕੇ ਦਿਖਾ ਹੈਲੋ ਯੈਸ ਉਹ ਨਹੀਂ ਤੁਸੀਂ ਜਾ ਸਕਦੇ ਬਾਬੀ ਬਹੁਤ ਫਾਸਟ ਆ ਉਹ ਡੇਂਜਰਸ ਵੀ ਆ ਚਲੋ ਹਾਲੀ ਕਰ ਲਓ ਇੱਥੇ ਸੋਹ ਰੋਡ ਚੱਲੀਏ ਬਾਬੀ ਬਸ ਜਾਂਦੀ ਜੀ ਇਹ ਚਲੋ ਚਲੋ ਜੀ ਮੈਂ ਬਹਿ ਜਾਂਦਾ ਪਿੱਛੇ ਜਾ ਕੇ ਬਹਿ ਜਾਂਦਾ ਆਹ ਬੱਸ ਬਣਾਈ ਹੈ ਦੇਖੋ ਇਹਨਾਂ ਨੇ ਅੱਛਾ ਹੋ ਹੈ ਉੱਪਰ ਵੀ ਜਾ ਸਕੇ ਆ ਉੱਪਰ ਦੇਖੀ ਜਾ ਕੇ ਉੱਪਰ ਵੀ ਜਾ ਸਕੇ ਇੱਥੇ ਅੱਛਾ ਬਣਾਇਆ ਇਹਨਾਂ ਨੇ ਇੱਦਾਂ ਉੱਪਰ ਖੁੱਲ੍ਹੀ ਇੱਦਾਂ ਹੀ ਡੈਕ ਜਿਹਾ ਬਣਾਇਆ ਉੱਪਰ ਇਹਨਾਂ ਨੇ ਵਧੀਆ ਚੀਜ਼ ਬਣਾਈ ਆ ਚਲੋ ਥੱਲੇ ਜਾ ਕੇ ਦੇਖਦੇ ਹਾਂ ਡਰਾਈਵਰ ਕੀ ਕਰਦਾ ਹੁਣ ਓਹੋ ਵਿਰਾਜ ਬਸ ਵਿਰਾਜ ਹੈਲੋ ਸਤਿ ਸ਼੍ਰੀ ਅਕਾਲ ਜੀ ਭਾਵੀ ਚਲੋ ਚੱਲੀਏ ਹੁਣ ਆ ਜਾਓ ਚਲੋ ਆ ਜਾਓ ਕਿੱਧਰ ਦੀ ਬਣਿਆ ਤੂੰ ਚਲ ਆ ਜਾ ਹੁਣ ਚੱਲੇ ਭਾਵੀ ਆਪਾਂ ਓਕੇ ਓਕੇ ਜੀ ਬਾਏ ਬਾਏ ਉਹ ਸੋਰੀ ਮੈਂ ਕਿਹਾ ਬਾਹਰੋਂ ਦਿਖਾ ਦਈਏ ਬੰਦਾ ਫੱਜੀ ਵਿੱਚ ਬੱਸ ਦੇ ਵਿੱਚ ਬੈਠਾ ਚਲੋ ਜੀ ਚੱਲੀਏ ਹੁਣ ਆਪਾਂ ਆ ਜਾਓ ਵਿਰਾਜ ਬਸ ਚੱਲੀਏ ਹੁਣ ਉਹ ਤਾਂ ਆ ਗਿਆ ਸਾਰੇ ਮੰਮੀ ਵੀ ਆ ਗਏ ਚਲੋ ਆ ਜਾਓ ਚੱਲੀਏ ਹੁਣ ਠੀਕ ਹੈ ਨਿਆਣੇ ਨੇ ਕਰ ਲਿਆ ਇੰਜੋਏ ਭਾਈ ਚੱਲੀਏ ਹੁਣ ਘਰ ਨੂੰ ਮਿਲਦੇ ਹਾਂ